ਸਟਾਂਡਾਂ ਦੇ ਚੱਡੇ ਨੇ ਇਧਰ ਸਾਡੇ ਪੋਜੀਆ ਸਾਹਿਬ ਦਾ ਇਸ਼ਾਰਾ ਹੈ 12 ਨੰਬਰ ਕਿੱਟ ਹੈ ਪਰਨਾਲਾ ਪੁਲਿਸ ਦੇ ਵੱਲੋਂ ਦਵਿੰਦਰ ਸਿੰਘ ਜੀ ਸਿੱਧੂ ਪੀਲਾ ਸਾਹਿਬ ਦੀ ਸਪਾਂਸਰ ਕੀਤੀ ਟੀਮ ਦੀ ਵੱਲੋਂ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਅੰਮ੍ਰਿਤਸਰ ਅਵੈਂਜਰਸ ਵਾਲਿਆਂ ਦੀ ਗੱਲ ਹੋਵੇਗੀ ਚੱਪਾ ਲਾਉਂਦੇ ਤੇ ਬੱਲੇ ਬੱਲੇ ਹੋ ਜਾਣਗੇ ਜੀ ਕੈਚਰ ਟੱਕ ਲੈਂਦੇ ਆ ਤੇ ਗੱਲ ਬਣ ਜਾਣੀ ਹੈ ਤਾੜੀ ਵੱਜੇਗੀ ਪਰ ਪੁਆਇੰਟ ਜਿਹੜਾ ਹੈ ਕਿਸੇ ਟੀਮ ਦੇ ਖਾਤੇ ਨਹੀਂ ਗਏ ਸਰਕਲ ਸਟਾਈਲ ਕਬੱਡੀ ਜਿਹੜੀ ਬਿਲਕੁਲ ਹਟ ਕੇ ਹੈ ਪਰ ਨੈਸ਼ਨਲ ਸਟਾਈਲ ਦੇ ਚਰਚੇ ਹੈ ਇਹ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਇੱਕ ਬੜਾ ਤਗੜਾ ਸੋਰਸ ਹੈ ਜੌਬ ਦਾ ਨੌਕਰੀਆਂ ਦਾ ਬਹੁਤ ਤਗੜਾ ਇਹਦੇ ਵਿੱਚ ਪਲੇਟਫਾਰਮ ਮਿਲਦਾ ਹੈ ਸਾਡੇ ਅਮਨਪ੍ਰੀਤ ਸਿੰਘ ਜੀ ਮੱਲੀ ਸਾਹਿਬ ਟੂ ਐਂਡ ਆਈ ਮਰੋ ਜਾਂ ਮਾਰੋ ਪੰਜਾਬੀ ਚ ਆਖਿਆ ਜਾਂਦਾ ਚੰਦ ਨੰਬਰ ਲੈ ਕੇ ਜਾਵੇਗਾ ਜਾਂ ਦੇ ਕੇ ਜਾਵੇਗਾ ਇਹ ਗੱਲ ਹੋਣੀ ਹੈ 12 ਨੰਬਰ ਕਿੱਟ ਲਾਓ ਸਾਹਮਣੇ ਤਾੜੀ ਮਾਰਦੇ ਮੋੜ ਦਾ ਵਾਹ ਮੁੰਡਿਆ ਕਿ ਤਾੜੀਆਂ ਬੰਦੀਆਂ ਦੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ ਇਹ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਯੋਧੇ ਪੂਜੇ ਜਾਂਦੇ ਨੇ ਅੱਜ ਤੱਕ ਪੂਜੇ ਜਾ ਰਹੇ ਹੈ 24 ਸਾਲ ਦੀ ਉਮਰ ਚ ਭਗਤ ਸਿੰਘ ਚੱਲ ਗਿਆ ਯੋਧਾ ਸੀਗਾ ਦੁਨੀਆ ਚ ਵੀ ਪੂਜਦੀ ਹੈ ਵਾਹ ਮੁੰਡਿਆ 2 ਨੰਬਰ ਕਿੱਟ ਹੈ ਅੰਮ੍ਰਿਤਸਰ ਸਾਹਿਬ ਤੇ ਬਰਨਾਲਾ ਪੁਲਿਸ ਦਵਿੰਦਰ ਸਿੰਘ ਜੀ ਸਿੱਧੂ ਪੀਲਾ ਸਾਹਿਬ ਦੀ ਸਪਾਂਸਰ ਕੀਤੀ ਟੀਮ ਹੈ ਤੇ ਦੂਜੇ ਪਾਸੇ ਹਰਪ੍ਰੀਤ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਕੋਚ ਨੇ ਇੰਡੀਆ ਕਬੱਡੀ ਟੀਮ ਦੇ ਬਹੁਤ ਸਤਿਕਾਰਤ ਹਸਤੀ ਹੈ ਬੜਾ ਧੰਨਵਾਦ ਹੈ ਬਾਕੀ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਹੈ ਪਰਮਜੀਤ ਸਿੰਘ ਜੀ ਡਾਲਾ ਉਹਨਾਂ ਦਾ ਸਤਿਕਾਰ ਤਜਿੰਦਰ ਸਿੰਘ ਜੀ ਮਿੱਟੂ ਕਿਹੜਾ ਸਾਹਿਬ ਹਰਪ੍ਰੀਤ ਸਿੰਘ ਜੀ ਸਾਡੇ ਦਵਿੰਦਰ ਸਿੰਘ ਜੀ ਸਿੱਧੂ ਪੀਲਾ ਸਾਹਿਬ ਬੜਾ ਧੰਨਵਾਦ ਹੈ ਅਮਰਪ੍ਰੀਤ ਸਿੰਘ ਜੀ ਮੱਲੀ ਸਾਹਿਬ ਬਾਕੀ ਜਿੰਨੇ ਵੀ ਅਰੇਂਜ ਕਰ ਰਹੇ ਸਾਰਿਆਂ ਦਾ ਬਹੁਤ ਸਤਿਕਾਰ ਹੈ ਕਿਉਂਕਿ ਵੱਡਾ ਉਪਰਾਲਾ ਹੈ ਇਸੇ ਉਪਰਾਲੇ ਜ਼ਰੂਰੀ ਨੇ ਕਿਉਂਕਿ ਜੋ ਨੌਜਵਾਨੀ ਜਿਹੜੀ ਹੈ ਥੋੜੀ ਭਟਕ ਚੁੱਕੀ ਹੈ ਉਹਦੇ ਵਾਸਤੇ ਆਹ ਉਪਰਾਲੇ ਬਹੁਤ ਜ਼ਰੂਰੀ ਨੇ ਉਹਨਾਂ ਦੇ ਮਨਾਂ 'ਚ ਚੇਟਕ ਲਾਉਣੀ ਬਹੁਤ ਜ਼ਰੂਰੀ ਹੈ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਉਸ ਦਾਦਾਂ ਦਾ ਚੰਡਿਆ ਹੋਇਆ ਮੱਲ ਜਿਹੜਾ ਆਪਣੀ ਗੱਲ ਕਰਵਾ ਜਾਂਦਾ ਹੈ ਉਧਰ ਅੱਜ ਮੈਂ ਦੇਖ ਰਿਹਾ ਕੋਸੇਵਾਨ ਵੀ ਪੁੱਜੇ ਨੇ ਉਹ ਕੋਸੇਵਾਨ ਪੁੱਜੇ ਨੇ ਜਿਨ੍ਹਾਂ ਨੇ ਵਾਕਿਆ ਆਪਣੇ ਸਮੇਂ 'ਚ ਵੱਡੀ ਕਬੱਡੀ ਖੇਡੀ ਅਤੇ ਉਹਨਾਂ ਦੇ ਚੰਡੇ ਮੱਲ ਜਿਹੜੇ ਹੈ ਵੱਡੇ ਲੇਵਲ ਦਾ ਰੁਤਬਾ ਲੈ ਕੇ ਬੈਠੇ ਹੋਏ ਨੇ 7 ਨੰਬਰ ਕਿੱਟ ਵਾਲਾ ਮੁੰਡਾ ਪਹਿਲਾ ਮੈਚ ਵੀ ਇਹਨੇ ਬਰਨਾਲਾ ਪੁਲਿਸ ਨੂੰ ਲਗਭਗ ਇਹ ਮੁੰਡੇ ਨੇ ਤਗੜੀ ਮਿਹਨਤ ਕਰਕੇ ਜਿਤਾਇਆ ਹੈ 2 ਨੰਬਰ ਕਿੱਟ ਹੈ ਅੰਮ੍ਰਿਤਸਰ ਸਾਹਿਬ ਅਵੈਂਜਰ ਦੀ ਟੀਮ ਦੇ ਵੱਲੋਂ ਆਹ ਮੁੰਡੇ ਦੀ ਕਹਿੰਦੇ ਖੇਡ ਤਿਆਰੀ ਹੈ ਤਾਂ ਉਹ ਸਾਹਮਣੇ ਪਾਈ ਹੋਈ ਕਬੱਡੀ ਹੈ ਤੇ ਖੜੇ ਨੇ ਮੂਹਰੇ ਪਾਸੇ ਕੈਚਰ ਦੀਆਂ ਗੱਲਾਂ ਹੋਣਗੀਆਂ ਫਿਰ ਕਬੱਡੀ ਬਰਨਾਲਾ ਪੁਲਿਸ ਦੇ ਵੱਲੋਂ ਇਹ ਪਹਿਲਾਂ ਜਿੱਦਾਂ ਸੁੱਗਾ ਸਾਹਿਬ ਦੱਸ ਕੇ ਗਏ ਵੀ ਇੱਕੋ ਪਲੇਅਰ ਜਿਹੜਾ 6-7 ਪੁਆਇੰਟ ਲੈ ਜਾਂਦਾ ਕਦੇ ਕਦੇ ਇਹ ਵੀ ਬਾਉਂਸ ਦੀਆਂ ਵੀ ਗੱਲਾਂ ਹੋ ਜਾਂਦੀਆਂ ਇੱਕ ਪੁਆਇੰਟ ਬਰਨਾਲਾ ਪੁਲਿਸ ਦੇ ਹਿੱਸੇ ਕੋਈ ਜਿਹੜਾ ਆਊਟ ਹੋਵੇਗਾ ਤਾਂ ਟੈਕਨੀਕਲ ਟੇਬਲ ਦੇ ਸਾਹਮਣੇ ਜਾਵੇਗਾ ਇਹ ਥੋੜਾ ਨੋਟ ਰੱਖਿਓ ਇਹ ਲਗਭਗ ਸਾਰੇ ਪੰਜਾਬ ਦੇ ਵਿੱਚ ਨਹੀਂ ਖੇਡੀ ਜਾਣੀ ਹੈ ਹਮੀਰਪੁਰ ਢੈਪੀ ਦੀਆਂ ਗੱਲਾਂ ਹੋਣਗੀਆਂ ਮਾਨਸਾ ਜ਼ਿਲ੍ਹਾ ਹੋਵੇਗਾ 19-11 ਨੂੰ 20-11 ਫਤਿਹਗੜ੍ਹ ਸਾਹਿਬ ਤੇ 21-11 ਨੂੰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਪਧਾਉਣ ਬਰਨਾਲੇ ਦੀ ਗੱਲ ਹੋਣੀ ਹੈ ਦਵਿੰਦਰ ਸਿੰਘ ਸਿੱਧੂ ਪੀਲਾ ਸਾਹਿਬ ਦੇ ਏਰੀਏ ਦੀ ਗੱਲ ਹੋਵੇਗੀ ਤੇ ਲਾਸਟ ਤੇ ਸਾਡੇ ਮਲੂਕਾ ਸਾਹਿਬ ਦੇ ਪਿੰਡ ਦੀਆਂ ਗੱਲਾਂ ਹੋਣੀਆਂ ਸੈਮੀ ਫਾਈਨਲ ਤੇ ਫਾਈਨਲ ਖੇਡਿਆ ਜਾਵੇਗਾ 28 ਨਵੰਬਰ ਅਗਲੀਆਂ ਟੀਮਾਂ ਤਿਆਰ ਰਹਿਣਗੀਆਂ ਪਠਾਨਕੋਟ ਪੈਂਥਰਸ ਦੇ ਨਾਲ ਮੁਕਤਸਰ ਦੀ ਟੀਮ ਤਿਆਰ ਰਹੇਗੀ ਬਿਨਾਂ ਕਿਸੇ ਦੇਰੀ ਦੇ ਮੈਦਾਨ ਦੇ ਨਾਲ ਜੁੜ ਜਾਵੇਗੀ ਇਧਰ 7 ਨੰਬਰ ਕਿੱਟ ਦੇ ਵਿੱਚ ਬਰਨਾਲਾ ਪੁਲਿਸ ਦੇ ਵੱਲੋਂ ਬੋਲਿਆ ਹੋਇਆ ਧਾਵਾ ਹੈ ਕਿ ਧਾਵੀਆਂ ਧਾਵਾ ਬੋਲ ਦਿੱਤਾ ਹੈ ਚਾਪਿਆਂ ਨੂੰ ਪਾਣਾ ਹੈ ਤੇ ਖਾਉਣਾ ਰੁਕ ਕੇ ਹੁਣ ਜੇ ਟੱਕਦੇ ਤੇ ਗੱਲ ਬਣਦੀ ਹੈ ਮੁੰਡਾ ਨਖਰੇ ਕਰਦਾ ਸੋਹਣੀ ਖੇਡ ਹੈ ਲੋਕ ਬੋਲੀਆਂ ਚ ਗੱਲਾਂ ਹੁੰਦੀਆਂ ਨੇ ਸਾਡੇ ਪ੍ਰੋਫੈਸਰ ਸਾਹਿਬ ਮੱਖਣ ਸਿੰਘ ਜੀ ਹਕੀਮਪੁਰ ਸਾਹਿਬ ਨੇ ਗੱਲਾਂ ਕੀਤੀਆਂ ਅਗਲਾ ਮੈਚ ਪਠਾਨਕੋਟ ਪੈਂਥਰਸ ਨਾਲ ਮੁਕਤਸਰ ਦੀਆਂ ਟੀਮਾਂ ਹੋਣਗੀਆਂ ਸਾਡੇ ਰੈਫਰੀ ਸਮਾਨ ਹੋਣਗੇ ਸਰਦਾਰ ਅੰਗਰੇਜ਼ ਸਿੰਘ ਜੀ ਸਰਦਾਰ ਰਾਮ ਸਿੰਘ ਜੀ ਗਿੱਲ ਸਰਦਾਰ ਤਲਵਿੰਦਰ ਸਿੰਘ ਜੀ ਸ਼੍ਰੀ ਰਵਿੰਦਰ ਕੁਮਾਰ ਜੀ
सरदार गुरवीर सिंह जी थर्ड अंपायर थर्ड रेड देंगे थर्ड टाइम कीपर होंगे सरदार गुरप्रीत सिंह जी साढ़े भैन जी प्रभजीत कौर जी रुपिंदर कौर जी असिस्टेंट स्कोरर हो गए बारह नंबर किट के बरनाला पुलिस के वालों कबड्डी है कि उठ के तू मित्रा मार हमला आ वेख ले कबड्डी कितने पहुंच चली है कोई शाल दुद राय मुल पैण लग पे लख लख की कबड्डी देख कली कली है हम कबड्डी के पट्टे मुल पै गए साढ़े सत्त लख की चफे की गल की मनी मंदिया वाले ने चर्चे करवाए सर्कल स्टाइल दे विच आप मुंडे की प्रो कबड्डी लीग जी दसंबर च शुरू हो जा रही है वक् वक् टीम बनी हुई महंगे मुल से विकते हैं कोई 30 लाख से कोई 34 लाओ सामने अमृतसर वाले ने बल्ले बल्ले करवा दिती है अपने आप ताड़िया बजदियां मुंडिया के नाम के उ गुरजीत सिंह जी ने को साहब बहुत सत्कार जो दस्ती है गुरप्रीत सिंह जी भोजिया साहब 3 पॉइंट 2.5 रेड तीजी रेड थर्ड रेड दल सत्कार है गुरप्रीत सिंह जी भोजिया साहब 2.5 रेड सी बरनाला पुलिस सामने अमृतसर एवेंजर उधर साढ़े दविंदर सिंह जी सिद्धू बीला साहब लाओ वाह ताड़ी मार दे जोरदार बहुत वधिया खेड है दविंदर सिंह जी सिद्धू बीला साहब बरनाला पुलिस नूं स्पोंसर करते हैं साढ़े हरप्रीत सिंह जी सत्कार जो कोच इंडिया कबड्डी टीम वो अमृतसर साहब एवेंजर्स नूं स्पोंसर कर रहे ने वड्डा धन्नवाद है अगलियां टीमां पठानकोट कैंपस दे नाल मुक्तसर दीआं टीमां तैयार रहणगीआं बरनाला पुलिस दे वल्लों 2 नंबर किट ते बोलिआ होइआ धावा है हुण अमृतसर एवेंजर्स वाले सोहणी खेड दे मालक ने अच इन्हों का जला भी अच घर खेडते है अभी मुंडे हूं जितना पैना है क्योंकि जे 19-21 होगी तो उन्हें कहना कि घरे आ के हराया है तो जे पर बरनाला पुलिस वाले डके गए तो फिर गल्ला होणगे कि घरे सद के गल्ला हुई है बरनाला पुलिस तो दूजे पासे अमृतसर एवेंजर्स होशियारी की खेड है बहुत सोहनी खेड है मुंडे की ताड़ी मार दो मुंडे के नाल टाइम आउट पानी पूजा कर दी सर सिद्धू बीला साहब की टीम ने 7 पॉइंट जेडे ने अमृतसर साहब एवेंजर्स सरदार हरप्रीत सिंह जी की टीम के खाते जुड़ते 7 ने तो दूजे पास 6 ने चार नंबर किट के वालों पाई हुई रेड है 9 नंबर किट है कि भिड़दे आ कबरों नरोई हट्टी दे तक तक खेडते नजारे आते हैं विशाल दुदराए इतने मेहरता ने बोल दिया अपनी वालों का जोर सारे लाते हैं बहुत धन्यवाद अगले मैच दीम तैयार रहनगियां आ मुंडे वास्ते ताड़ी मार दो 9 नंबर वाले ने एक तीर दे नाल 2 निशाने ला के मुड़िया मुंडा वाह सोहणे उधर एक पासे टीम दविंदर सिंह जी सिद्धू बीला साहब की स्पोंसर की है दूजी टीम जी अमृतसर साहब एवेंजर्स सरदार हरप्रीत सिंह जी जो कि कोच ने इंडिया कबड्डी टीम के इन्हां दे कोच सहिबानां दा वड्डा धन्नवाद है इन्हां दे छिकारे हुए प्लेयर ने और ताड़ी मार दो वड्डी सारी करी अमृतसर की टीम के लिए मुंडे ने बल्ले बल्ले करवाती है पहले हाफ दे पहले हेड दे विच फर्स्ट टाइम आउट उधर फिर तो धन्यवाद परमजीत सिंह जी डाला तजिंदर सिंह जी मड्डू खेड़ा साहब सरदार तजिंदर सिंह जी सिद्धू बीला साहब सरदार परमजीत सिंह जी डाला सरदार तजिंदर सिंह जी मड्डू खेड़ा ते सरदार दविंदर सिंह जी सिद्धू बीला साहब ते बहुत वड्डा धन्यवाद है सरदार सिकंदर सिंह जी मलूका जो कि प्रधान ने पंजाब कबड्डी एसोसीएशन के
ते साडे सैकटरी साहब अमनप्रीत सिंह जी मंदी साहब बहुत सत्कारत हस्ती है, आप भी कबड्डी खेडी है तां ही कबड्डी दे नाल बड़ा प्यार है, एजुकेटर एजुकेशन डिपार्टमेंट दे विच तैनात ने और कबड्डी दे नाल बहुत प्यार है, बड़ा धन्नवाद है इन्हां दा क्योंकि लगातार जुड़े है 2016 तो बड़िया सेवावां वाहिगुरु सच्चे पातशाह ने बख्शे इन्हां नूं मालक चढ़दी कला बख्शे। लो दो नंबर किट दे विच पई है कबड्डी दे हुण बरनाला पुलिस एक पासे ते दूजे पासे अमृतसर अवेंजर्स दी गल होणी है, ਸਾਡੇ ਸਰਦਾਰ ਰਣਜੀਤ ਸਿੰਘ ਦੇ ਚੰਡੇ ਹੋਏ ਚੋਬਰ ਖੇਡਦੇ ਇੱਕ ਪਾਸੇ ਅੰਮ੍ਰਿਤਸਰ ਅਵੈਂਜਰਸ, ਦੂਜੇ ਪਾਸੇ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੇ ਸਪਾਂਸਰ ਕੀਤੀ ਟੀਮ ਹੈ ਅੰਮ੍ਰਿਤਸਰ ਅਵੈਂਜਰਸ ਦੀ ਟੀਮ, ਸਾਡੇ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਕਿ ਕੋਚ ਨੇ ਇੰਡੀਆ ਕਬੱਡੀ ਟੀਮ ਦੇ। ਲਓ ਆਹ ਮੁੰਡੇ ਵਾਸਤੇ ਤਾੜੀ ਮਾਰੀ ਹੈ, ਸੱਤ ਨੰਬਰ ਕਿੱਟ ਦੇ ਵਿੱਚ ਬਹੁਤ ਵਧੀਆ ਰੇਡਾਂ ਲਗਾਤਾਰ ਪਾਈਆਂ ਹੈ ਮੁੰਡੇ ਨੇ, ਲਗਾਤਾਰ ਖੇਡਿਆ ਤੇ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਹੈ। ਏਦਾਂ ਹੀ ਫਿਰ ਏਦਾਂ ਦੇ ਪਲੇਟਫਾਰਮ ਤੋਂ ਹੀ ਇਹਨਾਂ ਮੁੰਡਿਆਂ ਦੀ ਚੋਣ ਹੋ ਜਾਣੀ ਹੈ, ਕਿਸੇ ਨੇ 20 ਲੱਖ ਚ ਵਿਕਣਾ ਹੈ ਵੱਡੀਆਂ ਟੀਮਾਂ ਚ ਪ੍ਰੋ ਕਬੱਡੀ ਲੀਗ ਦੇ ਵਿੱਚ ਵੱਡੇ ਵੱਡੇ ਮੁੱਲ ਪੈਂਦੇ ਆ ਤੇ ਮੁੱਲ ਪੈਣ ਲੱਗ ਪਏ ਨੇ, ਹੁਣ ਗੱਲਾਂ ਹੋਈਆਂ ਪਹਿਲਾਂ ਹੀ। ਪੱਟੀ ਮਿਹਨਤ ਦੀ ਗੱਲ ਹੈ ਕਿ ਧੁੱਪਾਂ ਵਿੱਚ ਬੱਚਿਆਂ ਹੀ ਪਤਾ ਲੱਗਦਾ ਹੈ, ਠੰਡਾਂ ਵਿੱਚ ਠਰਿਆਂ ਦਾ ਮੁੱਲ ਪੈ ਗਿਆ, ਵਿਸ਼ਾਲ ਦੁੰਦਰ ਆਏ ਉਹਨੂੰ ਪੁੱਛਦਾ ਹੀ ਕੌਣ, ਹੱਥ ਉੱਤੇ ਹੱਥ ਰੱਖ ਜਿਹੜਾ ਘਰੇ ਬਹਿ ਗਿਆ। ਲਓ ਵਾਹ, ਇਹ ਸੱਤ ਨੰਬਰ ਕਿੱਟ ਵਾਲਾ ਮੁੰਡਾ ਹੈ, ਇਹ ਲਗਾਤਾਰ ਚਰਚੇ ਕਰਵਾਏ ਨੇ। ਅਗਲੀਆਂ ਟੀਮਾਂ ਪਠਾਨਕੋਟ ਪੈਂਥਰਸ ਦੇ ਨਾਲ ਮੁਕਤਸਰ ਸਾਹਿਬ ਦੀਆਂ ਗੱਲਾਂ ਹੋਣਗੀਆਂ, 40 ਮੁਕਤਿਆਂ ਦੀ ਧਰਤੀ ਦੀ ਗੱਲ ਹੋਣੀ ਹੈ ਅਗਲੇ ਮੈਚ ਦੇ ਵਿੱਚ। ਇੱਕ ਪਾਸੇ ਬਰਨਾਲਾ ਬੁਲਜ਼ ਹੈ ਜੋ ਕਿ ਸਾਡੇ ਸਭ ਬਹੁਤ ਸਤਿਕਾਰ ਜੋ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੇ ਸਪੌਂਸਰ ਕੀਤੀ ਟੀਮ ਹੈ, ਤੇ ਆਹ ਜੋ ਰੇਡ ਪਾ ਰਿਹਾ ਇਹ ਸਰਦਾਰ ਹਰਪ੍ਰੀਤ ਸਿੰਘ ਜੀ ਕੋਚ ਇੰਡੀਆ ਕਬੱਡੀ ਟੀਮ ਦੀ ਸਪੌਂਸਰ ਕੀਤੀ ਟੀਮ ਦੇ ਵੱਲੋਂ ਕਬੱਡੀ ਪਾ ਰਿਹਾ ਮੁੰਡਾ, ਬੜਾ ਧੰਨਵਾਦ ਹੈ ਸਰਦਾਰ ਪਰਮਜੀਤ ਸਿੰਘ ਜੀ ਡਾਲਾ ਸਾਹਿਬ ਜਗ ਰੋਪੜ ਰੇਂਜਰਸ ਨੂੰ ਸਪੌਂਸਰ ਕਰਦੇ ਨੇ। ਰੋਪੜ ਸ਼ਹਿਰ ਦਾ ਵੀ ਇਤਿਹਾਸ ਬਹੁਤ ਵੱਡਾ, 11ਵੀਂ ਸਦੀ ਦੇ ਵਿੱਚ ਇਸ ਸ਼ਹਿਰ ਦੀਆਂ ਗੱਲਾਂ ਹੋਈਆਂ। ਰੂਪਨਗਰ ਇੱਕ ਰਾਜੇ ਦੇ ਪੁੱਤ ਦਾ ਨਾਂ ਸੀਗਾ ਰੂਪ ਸੇਨ, ਉਹਨੂੰ ਰੂਪਨਗਰ ਆਖਿਆ ਗਿਆ, ਗੱਲਾਂ ਵੱਡੇ ਪੱਧਰ ਦੀਆਂ ਹੋਈਆਂ। ਅਗਲੇ ਮੈਚ ਦੀਆਂ ਟੀਮਾਂ ਤਿਆਰ ਰਹਿਣਗੀਆਂ, ਪਠਾਨਕੋਟ ਪੈਂਥਰਸ ਦੇ ਨਾਲ ਮੁਕਤਸਰ ਦੀਆਂ ਟੀਮਾਂ, ਅੰਮ੍ਰਿਤਸਰ ਰੇਂਜਰਸ ਤੇ ਇੱਕ ਪਾਸੇ ਬਰਨਾਲਾ ਬੁਲਸ, ਜ਼ਿਲ੍ਹੇ ਬਰਨਾਲੇ ਦੀ ਗੱਲ ਹੋਣੀ ਹੈ। ਪਟਾਉੜ ਬੀਲਾ ਮਸ਼ਹੂਰ ਜੇ ਇਲਾਕੇ ਨੇ, ਤਪਾ ਮੰਡੀ ਦੀਆਂ ਗੱਲਾਂ ਹੁੰਦੀਆਂ। ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਕਹਿੰਦੇ ਅੱਡ 2006 ਦੇ ਵਿੱਚ ਨਵਾਂ ਜ਼ਿਲ੍ਹਾ ਬਣਿਆ ਕਿਉਂਕਿ ਆਬਾਦੀ ਦੇ ਹਿਸਾਬ ਦੇ ਨਾਲ ਇੱਕ ਸਹੂਲਤਾਂ ਦੇ ਹਿਸਾਬ ਦੇ ਨਾਲ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਪੈਂਦਾ, ਜਿੱਦਾਂ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੱਡ ਹੋਇਆ ਹੈ, ਗੁਰਦਾਸਪੁਰ ਜ਼ਿਲ੍ਹੇ ਦੀਆਂ ਗੱਲਾਂ ਕਿਤੇ ਪਠਾਨਕੋਟ ਦੀਆਂ ਵੀ ਹੁੰਦੀਆਂ ਨੇ। 12 ਨੰਬਰ ਕਿੱਟ ਦੇ ਵਿੱਚ ਪਾਈ ਹੋਈ ਕਬੱਡੀ ਹੈ, ਅੰਮ੍ਰਿਤਸਰ ਅਵੈਂਜਰਸ ਇੱਕ ਪਾਸੇ ਤੇ ਦੂਜੇ ਪਾਸੇ ਬਰਨਾਲਾ ਬੁਲਜ਼ ਵਾਲੇ ਨੇ, ਧਰਤੀ ਪੰਜਾਬ ਦੀ ਹੈ। ਪੰਜ ਆਬ ਪੰਜਾਂ ਦਰਿਆਵਾਂ ਦੀ ਧਰਤੀ, ਬੜੀ ਪਵਿੱਤਰ ਧਰਤੀ ਹੈ। 9 ਨੰਬਰ ਕਿੱਟ ਦੇ ਵਿੱਚ ਅੰਮ੍ਰਿਤਸਰ ਅਵੈਂਜਰਸ ਦੀ ਰੇਡ, ਸਤਿਕਾਰਯੋਗ ਨੇ ਸਾਡੇ ਤਲਵਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਭੋਜੀਆ ਰਾਮ ਸਿੰਘ ਜੀ ਗਿੱਲ ਅਫੀਸ਼ੀਅਲਸ ਜੋ ਸੇਵਾਵਾਂ ਦੇ ਰਹੇ ਨੇ। ਹਾਫ ਸਮਾਂ ਅੱਧਾ ਸਮਾਂ ਤੁਹਾਨੇ ਬਹੁਤ ਸਤਿਕਾਰ ਹੈ ਸਾਡੇ ਗਲਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਡਾਲਾ ਸਾਹਿਬ, ਉੱਧਰ ਸਾਡੇ ਬਲਜੀਤ ਸਿੰਘ ਜੀ ਬਰਨਾਲਾ ਜੋ ਕਿ ਸਕੱਤਰ ਨੇ ਜ਼ਿਲ੍ਹੇ ਬਰਨਾਲੇ ਦੇ, ਉੱਧਰ ਅਜੈਬ ਸਿੰਘ ਜੀ ਮਾਨਸਾ ਸਾਹਿਬ, ਉੱਧਰ ਸਾਡੇ ਭੈਣ ਜੀ ਮਨਜੀਤ ਕੌਰ ਜੀ ਕਬੱਡੀ ਕੋਚ ਫਰੀਦਕੋਟ, ਪਠਾਨਕੋਟ ਪੈਂਥਰਸ ਦੇ ਨਾਲ ਮੁਕਤਸਰ ਸਾਹਿਬ ਦੀ ਟੀਮ ਬੜਾ ਕਿਸੇ ਦੇਰੀ ਦੇ ਗਰਾਊਂਡ ਦੇ ਨੇੜੇ ਆ ਜਾਵੇਗੀ। ਬਹੁਤ ਰਿਸਪੈਕਟ ਹੈ, ਭੈਣ ਹੈ ਸਾਡੀ ਅਮਨ,
ਮਾਰਕੀਟ ਕਬੱਡੀ ਦੀ ਵਧੀਆ ਕਮੈਂਟੇਟਰ ਬਣ ਚੁੱਕੀ ਹੈ। ਇਸੇ ਤਰ੍ਹਾਂ ਬਾਲਕ ਤਰੱਕੀਆਂ ਦੇ ਵੀ ਲਓ ਇੱਧਰ 12 ਨੰਬਰ ਕਿੱਟ ਦੇ ਵਿੱਚ ਪਾਈ ਹੋਈ ਕਬੱਡੀ ਹੈ ਆ ਵੇਖਾਂਗੇ। ਵਾਹ ਹੋਏ ਮੁੰਡੇ ਤਾੜੀ ਮਾਰੋ ਮੁੰਡੇ ਦੀ ਹੁਸ਼ਿਆਰੀ ਤੇ ਇੱਕ ਜ਼ੋਰਦਾਰ ਪਹਿਲਾਂ ਵੀ ਨੇ ਇੱਦਾਂ ਪੁਆਇੰਟ ਲਏ ਨੇ ਇਹ ਛੋਟੀ ਗੱਲ ਨਹੀਂ। बहुत सत्कारत हस्तियां परमजीत सिंह जी डाला बलविंदर सिंह जी वीर जी साढ़े पुजे ने पठानकोट पैंथर्स नूं जो स्पॉन्सर करते हैं उधर दविंदर सिंह जी सिद्धू बिहला साहब की स्पॉन्सर की टीम खेडती है बरनाला बुल्स ते गल्लां होण के सरदार हरप्रीत सिंह जी जो कि खुद कोच ने इंडिया कबड्डी टीम दे उन्हां दी शिंगारी हुई टीम है अमृतसर अवेंजर्स सरदार रणजीत सिंह जी कोच साहब ने एन चढ़ी हुई टीम सोहना खेडदी है। लाओ सामने पाई हुई कबड्डी 4 नंबर किट दे विच ते सामने अमृतसर अवेंजर्स दीआं गल्लां है अमृतसर साहिब सस्ती दा घर है ऑल आउट सारे आउट कह सकते आप उधर साढ़े प्रधान साहब सिकंदर सिंह जी मलुका जो कि पंजाब कबड्डी एसोसीएशन के प्रधान ने अमरप्रीत सिंह जी मंडी साहब जो कि जनरल सिकंदर ने पंजाब कबड्डी एसोसीएशन दे आप कबड्डी खेडी है वड्डे लेवल की दो दहाके कबड्डी खेडी खेडते खेडते फिर वड्डे अहुदिया ते विराजमान होया वाहिगुरु की वड्डी कृपा है। ਕਮਲਪ੍ਰੀਤ ਸਿੰਘ ਜੀ ਰਾਜਾ ਜੋ ਕਿ ਖਜਾਨਚੀ ਨੇ ਮੈਂ ਪੰਜਾਬੀ ਚ ਆਖੂਗਾ ਖਜਾਨਚੀ ਅੰਗਰੇਜ਼ੀ ਆਪਾਂ ਕੈਸ਼ੀਅਰ ਕਹਿ ਦਿੰਦੇ ਹਾਂ ਪਰ ਜਦੋਂ ਖਜਾਨਚੀ ਕਹਿੰਦੇ ਤੇ ਇੱਕ ਵੱਖਰਾ ਜਿਹਾ ਰੁਬ ਹੋ ਜਾਂਦਾ ਹੈ ਇਹ ਵੀ ਇੱਕ ਵੱਡੀ ਗੱਲ ਹੈ। ਪੰਜਾਬੀ ਭਾਸ਼ਾ ਠੇਠ ਭਾਸ਼ਾ ਹੈ ਸਾਡੀ ਤੇ ਬੜਾ ਸਤਿਕਾਰ ਹੈ ਪੰਜਾਬੀ ਭਾਸ਼ਾ ਦਾ ਗੁਰਮੁਖੀ ਲਿਪੀ ਦੀਆਂ ਗੱਲਾਂ ਹੁੰਦੀਆਂ। ਉਧਰ ਬਲਜਿੰਦਰ ਸਿੰਘ ਜੀ ਪਠਾਨਕੋਟ ਜ਼ਿਲ੍ਹਾ ਸਕੱਤਰ ਨੇ ਸਵਿੰਦਰ ਸਿੰਘ ਸਵਰਤ ਸਿੰਘ ਜੀ ਸਾਡੇ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਉਧਰ ਪ੍ਰਕਾਸ਼ ਸਿੰਘ ਜੀ ਮੱਲੀ ਸਾਹਿਬ ਮੇਜਬਾਨ ਸਾਹਿਬ ਨੇ ਰਜੀਤ ਸਿੰਘ ਜੀ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ ਤੇ ਨਾਲ ਬਰਜੀਤ ਸਿੰਘ ਜੀ ਸਕੱਤਰ ਤਰਨ ਤਾਰਨ ਸਾਹਿਬ ਦੀਆਂ ਗੱਲਾਂ ਹੋਣਗੀਆਂ। ਪੁੱਜੇ ਹੋਏ ਨੇ ਚੇਚੇ ਤੁਰ ਤੇ ਗੁਰਜੀਤ ਸਿੰਘ ਜੀ ਕਿਉਂਕਿ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ ਵੱਡੀਆਂ ਸੇਵਾਵਾਂ ਦਿੰਦੇ ਨੇ। ਉਹ ਸਾਹਮਣੇ ਕਬੱਡੀ 7 ਨੰਬਰ ਕਿੱਟ ਦੇ ਵਿੱਚ ਹੈ ਕਿ ਦਿਨ ਰਾਤ ਜਿੰਨਾ ਮਿਹਨਤ ਨੇ ਲਾਈਆਂ ਜਿੰਨਾ ਮੰਦਰਾਂ ਦੇ ਵਾਂਗੂ ਪੂਜੇ ਨੇ ਮੈਦਾਨ ਜਿੰਨਾ ਖਾਧੀਆਂ ਖੁਰਾਕਾਂ ਨਾਲੇ ਪਾਲਿਆ ਸਰੀਰ ਜਿਨ੍ਹਾਂ ਦੇ ਜੁੱਸਿਆਂ ਚ ਭਰੀ ਜਾਂਦੀ ਜਾਨ ਜਿਨ੍ਹਾਂ ਨਸ਼ਿਆਂ ਦੇ ਕੋਲੋਂ ਜਮ੍ਹਾਂ ਕੀਤਾ ਇਹ ਕਿਨਾਰਾ ਜਿਨ੍ਹਾਂ ਨੇ ਵਧਾਉਣਾ ਹੁੰਦਾ ਮਾਪਿਆਂ ਦਾ ਮਾਣ ਵਿਸ਼ਾਲ ਦੁਦਰਾਏ ਹੈ ਮੰਜ਼ਲ ਤੇ ਔਖੀ ਕੋਈ ਵਿਰਲਾ ਹੀ ਬਣੇ ਫਕੀਰ ਅਤੇ ਭਲਵਾਨ। ਇਹ ਬੜੀ ਵੱਡੀਆਂ ਰੁਤਬੇ ਨੇ ਭਲਵਾਨੀ ਤੇ ਫਕੀਰੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਉਧਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਬੜੀ ਪਿਆਰੀ ਹਸਤੀ ਹੈ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵੱਡਾ ਨਾਮ ਹੈ। ਉਧਰ ਅੰਮ੍ਰਿਤਸਰ ਸਾਹਿਬ ਦੀ ਟੀਮ ਹੈ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਇੰਡੀਆ ਕਬੱਡੀ ਟੀਮ ਦੇ ਕੋਚ ਸਾਹਿਬ ਨੇ ਉਹਨਾਂ ਦੀ ਸਪੋਂਸਰ ਕੀਤੀ ਟੀਮ ਹੈ। ਰੋਪੜ ਰੇਂਜਰਸ ਦੀ ਟੀਮ ਜਿਹੜੀ ਹੈ ਪਰਮਜੀਤ ਸਿੰਘ ਜੀ ਟਾਲਾ ਸਾਹਿਬ ਉਹ ਸਪੋਂਸਰ ਕਰਦੇ ਨੇ ਮੁਕਤਸਰ ਸਾਹਿਬ ਦੀ ਟੀਮ ਨੂੰ ਸਪੋਂਸਰ ਕਰਦੇ ਸਾਡੇ ਸਰਦਾਰ ਤਜਿੰਦਰ ਸਿੰਘ ਜੀ ਬੱਡੂ ਖੇੜਾ ਸਾਹਿਬ ਪਠਾਨਕੋਟ ਪੈਂਥਰਸ ਨੂੰ ਸਾਡੇ ਪਰਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਪਰਮ ਸਿੰਘ ਜੀ ਹਰੀਕਾ ਕਪੂਰਥਲਾ ਕਿੰਗ ਨੂੰ ਸਪੋਂਸਰ ਕਰਦੇ ਆ ਸਰਦਾਰ ਜਸਵਿੰਦਰ ਸਿੰਘ ਜੀ ਫਾਜ਼ਿਲਕਾ ਫਾਰਚੂਨਰ ਨੂੰ ਸਪੋਂਸਰ ਕਰਦੇ ਸਰਦਾਰ ਚਰਨ ਸਿੰਘ ਜੀ ਵੱਡਾ ਧੰਨਵਾਦ ਹੈ ਸਾਰਿਆਂ ਸਪੋਂਸਰ ਵੀਰਾਂ ਦਾ ਕਿਉਂਕਿ ਪ੍ਰਮੋਟ ਸਪੋਂਸਰ ਕਰਨ ਵਾਲੇ ਵੀਰ ਜਿਹੜੇ ਹੈ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਹੱਲਾ ਸ਼ੇਰੀ ਦਿੰਦੇ ਆ ਬਹੁਤ ਜ਼ਰੂਰੀ ਹੈ ਕਿਉਂਕਿ ਮਾੜੇ ਸਮੇਂ ਦੇ ਵਿੱਚ ਸਾਥ ਦੇ ਨਾਲ ਵੀ ਕਹਿੰਦੇ ਹੱਲਾ ਸ਼ੇਰੀ ਵੱਡੀ ਹੁੰਦੀ ਹੈ ਸਾਥ ਵੀ ਬੜਾ ਜ਼ਰੂਰੀ ਹੈ ਪਰ ਹੱਲਾ ਸ਼ੇਰੀ ਬਹੁਤ ਜ਼ਰੂਰੀ ਹੈ। ਤੇ ਜੋ ਸਾਡੇ ਸਤਿਕਾਰਤ ਹਸਤੀਆਂ ਨੇ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਹਰਪ੍ਰੀਤ ਸਿੰਘ ਜੀ ਪਰਮਜੀਤ ਸਿੰਘ ਜੀ ਡਾਲਾ ਸਾਹਿਬ ਇਹ ਸਾਰੀਆਂ ਉਹ ਹਸਤੀਆਂ ਨੇ ਤਜਿੰਦਰ ਸਿੰਘ ਜੀ ਮੰਡੂ ਖੇੜਾ ਸਾਹਿਬ ਅੰਮ੍ਰਿਤ ਸਿੰਘ ਜੀ ਮੱਲੀ ਸਾਹਿਬ ਇਹ ਹੱਲਾ ਸ਼ੇਰੀ ਦਿੰਦੇ ਨੇ ਤੇ ਪਲੇਅਰ ਜਿਹੜੇ ਤਿਆਰ ਹੁੰਦੇ ਆ ਤੇ ਵੱਡੇ ਲੈਵਲ ਦੀਆਂ ਗੱਲਾਂ ਬਣਦੀਆਂ ਨੇ। ਫਿਰ ਨੌ ਨੰਬਰ ਕਿੱਟ ਦੇ ਵਿੱਚ
ਪਾਈ ਪਈ ਕਬੱਡੀ ਲਾਓ ਸਾਹਮਣੇ ਮੁੰਡਿਆਂ ਨੇ ਬੰਦੇ ਬੱਲੇ ਕਰਵਾ ਦਿੱਤੀ ਹੈ ਤੇ ਤਾੜੀ ਮਾਰਦੀ ਇੱਕ ਜ਼ੋਰਦਾਰ ਆਪਾਂ ਠੰਡੇ ਜਿਹਾ ਨਾ ਹੋਈਏ ਵੀਰੇ ਉਹਦੇ ਦਰਸ਼ਕ ਭਰਾ ਬੈਠੇ ਆ ਕਿਉਂਕਿ ਇਹ ਖੇਡ ਜਿਹੜੀ ਹੈ ਜ਼ੋਰ ਦੀ ਤੇ ਜੋਸ਼ ਦੀ ਹੈ ਤਾਂ ਉਹ 7 ਨੰਬਰ ਕਿੱਟ ਹੈ ਅੰਮ੍ਰਿਤਸਰ ਵਾਲੇ ਉਹ ਟਿੱਕੀਆਂ ਦੀ ਕੱਤੀ ਕਰਨ ਨੂੰ ਫੜਦੇ ਆ ਬਰਨਾਲੇ ਬੁੱਲਸ ਵਾਲੇ ਪਹਿਲਾਂ ਆਲ ਆਊਟ ਤੁਸੀਂ ਕੀਤਾ ਤੇ ਹੁਣ ਇਹ ਕਰਨ ਨੂੰ ਫਿਰਦੇ ਤੇ ਕਰ ਹੀ ਗਏ ਨੇ ਤਾੜੀ ਮਾਰ ਦੋ ਜ਼ੋਰਦਾਰ ਬਰਨਾਲਾ ਬੁੱਲਸ ਦੇ ਵਾਸਤੇ ਦੇਵਿੰਦਰ ਸਿੰਘ ਜੀ ਸਿੱਧੂ ਸਾਹਿਬ ਤੁਸੀਂ ਤਾੜੀ ਮਾਰਦੇ ਕਰੀ ਬਰਨਾਲਾ ਬੁੱਲਸ ਵਾਲਿਆਂ ਨੇ ਆਲ ਆਊਟ ਕਰਦੇ ਆ ਮੁੰਡੇ ਸਾਡੇ ਸਿੱਧੂ ਸਾਹਿਬ ਸਤਿਕਾਰਯੋਗ ਨੇ ਬੀਲੇ ਪਿੰਡ ਦੀ ਗੱਲ ਹੁੰਦੀ ਹੈ ਸਰਦਾਰ ਦੇਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਅੰਮ੍ਰਿਤਸਰ ਦੇ 26 ਪੁਆਇੰਟ ਨੇ ਤੇ 19 ਪੁਆਇੰਟ ਨੇ ਬਰਨਾਲਾ ਪੁਲਿਸ ਦੇ ਕਬੱਡੀ ਨੇ ਬਹੁਤ ਘਰਾਂ ਦੇ ਚੁੱਲੇ ਬਾਲੇ ਨੇ ਬੜੇ ਘਰਾਂ ਨੂੰ ਰਸ਼ਨਾ ਹੈ ਇਹ ਚ ਕੋਈ ਦੋ ਰਾਏ ਨਹੀਂ ਤਾਂ 7 ਨੰਬਰ ਕਿੱਟ ਹੈ ਵੀਰਿਆ ਮੁੰਡੇ ਦਾ ਨਾਂ ਦੱਸਿਓ ਜ਼ਰੂਰ ਲਵਪ੍ਰੀਤ ਲਵਪ੍ਰੀਤ ਦੀ ਬਹੁਤ ਪਿਆਰੀ ਖੇਡ ਹੈ ਇਹ ਮੁੰਡਾ 95% ਤੋਂ ਉੱਪਰ ਦੀਆਂ ਰੇਡਾਂ ਜਿਹੜੀਆਂ ਵਧੀਆ ਪਾ ਰਿਹਾ 95% ਖੇਡ ਸੋਹਣੀ ਖੇਡਦਾ ਹੈ ਇਹ 100 ਦੇ ਵਿੱਚ 5 ਚੱਫੇ ਜਿਹੜੇ ਆ ਰਾਜਵੀਰ ਦੀ ਕਬੱਡੀ ਹੈ ਆਹ ਰਾਜਵੀਰ ਸਿੰਘ ਹੈ ਰਾਜ ਕਰਦਾ ਹੈ ਵੀਰ ਰਸ ਦੀਆਂ ਗੱਲਾਂ ਹੋਈਆਂ ਕਥਾਵਾਂ ਕਵਿਤਾਵਾਂ ਲਿਖੀਆਂ ਗਈਆਂ ਯੁੱਧ ਦੇ ਵਿੱਚ ਵੀਰ ਰਸ ਸੁਣਾਇਆ ਜਾਂਦਾ ਸੀ ਵਾਹ ਰਾਜਵੀਰ ਟਾਈਮ ਆਊਟ ਪੁਆਇੰਟ ਦੱਸਿਓ ਇਹ ਨਵੇਂ ਮੁੰਡੇ ਨੇ ਇਹਨਾਂ ਦੇ ਲਈ ਇੱਕ ਬਹੁਤ ਜ਼ਰੂਰੀ ਹੈ ਕਿ ਆਪਣੇ ਕੋਚ ਸਾਹਿਬਾਨਾਂ ਦਾ ਸਤਿਕਾਰ ਜਿੰਨਾ ਕਰਾਂ ਉਹਨਾਂ ਵਧੀਆ ਆਂਦਾ ਕਿੱਥੋਂ ਕੋਟੀ ਖੇਡ ਲੂ ਜੀ ਜਿਹਨੇ ਮਾਰ ਕੋਚਾਂ ਦੀ ਖਾਧੀ ਨਾ 5 ਮਿੰਟ ਗਰਾਊਂਡ 'ਚ ਨਹੀਂ ਖੜ ਸਕਦਾ ਜੋ ਮਿਹਨਤ ਲਾਉਣ ਦਾ ਆਦੀ ਨਾ ਉਹਦੇ ਕਿਸੇ ਕਿੱਥੋਂ ਜਗ ਕਾਊ ਜੋ ਪੁੱਠੇ ਕਮਾਂ ਦਾ ਆਦੀ ਹੈ ਵਿਸ਼ਾਲ ਦੁਦਰਾ ਉਹ ਸਫਲ ਨਹੀਂ ਹੋ ਸਕਦਾ ਜਿਹਨੇ ਕੀਤੀ ਸਮੇਂ ਦੀ ਬਰਬਾਦੀ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਸਿੱਖਣ ਵਾਲੀਆਂ ਸਾਡੇ ਦੇ ਲਈ ਵਾਹ ਲਾਪਰੇ ਤੇ ਟੱਕਿਆ ਗਿਆ ਤਾੜੀ ਮਾਰ ਦੇ ਵੱਡੀ ਸਾਰੀ ਇੱਕ ਅੰਮ੍ਰਿਤਸਰ ਸਾਹਿਬ ਦੀ ਟੀਮ ਦਾ ਮੁੰਡੇ ਨੇ ਮੁੰਡਾ ਬੱਲੇ ਬੱਲੇ ਕਰਵਾਤੀ ਹੈ ਤੇ ਉਹ ਟੱਕਿਆ ਜਿਹੜਾ ਸਵੇਰ ਦਾ ਟੱਕਿਆ ਨਹੀਂ ਗਿਆ ਅੱਜ ਲਵਪ੍ਰੀਤ ਨੇ ਬੱਲੇ ਬੱਲੇ ਕਰਵਾਈ ਹੈ ਲਗਾਤਾਰ ਹੋਰ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਕਿ ਕੋਚ ਸਾਹਿਬ ਨੇ ਇੰਡੀਆ ਕਬੱਡੀ ਟੀਮ ਦੇ ਉਹਨਾਂ ਦੀ ਸਪੌਂਸਰ ਕੀਤੀ ਟੀਮ ਦੇ ਵੱਲੋਂ ਪਾਏ ਰੇਡ ਦੇ ਸਾਹਮਣੇ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੀ ਟੀਮ ਹੈ ਬਰਨਾਲਾ ਪੁਲਿਸ ਦੇ ਉੱਤੇ ਬੋਲਿਆ ਹੋਇਆ ਧਾਵਾ ਹੈ ਤੇ ਸਾਹਮਣੇ 4 ਖੜੇ ਨੇ ਹੁਣ ਇੱਕ ਪਾਸੇ ਇੱਕ ਹੈ ਅੰਮ੍ਰਿਤਸਰ ਅਵੈਂਜਰਸ ਦੂਜੇ ਪਾਸੇ ਬਰਨਾਲਾ ਪੁਲਿਸ ਦੀਆਂ ਗੱਲਾਂ ਹੈ ਅੱਜ ਹਰਸ਼ਾ ਸ਼ੀਨਾ ਨਗਰ ਹੈ ਜ਼ਿਲ੍ਹੇ ਅੰਮ੍ਰਿਤਸਰ ਦਾ ਮਾਣ ਮੱਤਾ ਪਿੰਡ ਹੈ ਜਿੱਥੇ ਵੱਡੀਆਂ ਰੌਣਕਾਂ ਲਾਈਆਂ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਪੰਜਾਬ ਕਬੱਡੀ ਲੀਗ ਦੀਆਂ ਗੱਲਾਂ ਨੇ ਉਧਰ ਚੇਚੇ ਤੌਰ ਤੇ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਪੁੱਜੇ ਨੇ ਸਾਡੇ ਪਰਮਜੀਤ ਸਿੰਘ ਜੀ ਡਾਲਾ ਸਾਹਿਬ ਤੇਜਿੰਦਰ ਸਿੰਘ ਜੀ ਮੰਡੂ ਖੇੜਾ ਸਾਹਿਬ ਸਤਿਕਾਰ ਤੇ ਹਸਤੀਆਂ ਨੇ ਚੇਚੇ ਤੌਰ ਤੇ ਪੁੱਜੇ ਹੋਏ ਨੇ ਉਧਰ ਸਾਡੇ ਪ੍ਰਕਾਸ਼ ਸਿੰਘ ਜੀ ਮੰਦੀ ਸਾਹਿਬ ਵੀ ਪੁੱਜੇ ਨੇ ਬੜਾ ਧੰਨਵਾਦ ਹੈ ਸਤਿਕਾਰਯੋਗ ਹਸਤੀਆਂ ਨੇ ਅਫੀਸ਼ੀਅਲ ਟਾਈਮ ਆਊਟ ਸਾਹਮਣੇ ਰਾਜਵੀਰ ਦੀ ਕਬੱਡੀ ਹੈ ਬਰਨਾਲਾ ਪੁਲਿਸ ਇੱਕ ਪਾਸੇ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੀ ਸਪੌਂਸਰ ਕੀਤੀ ਟੀਮ ਹੈ ਦੂਜੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਗੱਲ ਅੰਮ੍ਰਿਤਸਰ ਅਵੈਂਜਰ ਵਾਲੇ ਮੁੰਡਾ ਆਹ ਮੁੰਡੇ ਲਈ ਵੀ ਤਾੜੀ ਮਾਰੋ ਇੱਕ ਵਾਰ ਬਹੁਤ ਸੋਹਣੀ ਖੇਡ ਹੈ ਰਾਜਵੀਰ ਨਾਮ ਹੈ ਮੁੰਡੇ ਨੇ ਲਗਾਤਾਰ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਹੈ ਸਾਰਿਆਂ ਨੇ ਸਰਾਹਿਆ ਦੀ ਖੇਡ ਤੋਂ ਇੱਕ ਨੰਬਰ ਕਿੱਟ ਹੈ ਬਰਨਾਲਾ ਪੁਲਿਸ ਦੇ ਵੱਲੋਂ ਪਾਈ ਹੋਈ ਕਬੱਡੀ ਹੈ ਹੁਣ ਸਾਹਮਣੇ ਖੜੇ ਅੰਮ੍ਰਿਤਸਰ ਅਵੈਂਜਰ ਵਾਲੇ ਇਸ ਭਾਵੇ ਨੂੰ ਡੰਕ ਪਾਉਂਦੇ ਕਿ ਨਹੀਂ ਸਕੋਰਰ ਜਿਹੜੇ ਸਾਡੇ ਸਕੋਰਰ ਭੈਣਾਂ ਦਾ ਵੀ ਧੰਨਵਾਦ ਹੈ ਸਾਡੇ ਬਹੁਤ ਸਤਿਕਾਰਯੋਗ ਨੇ
ਸੁਖਿੰਦਰ ਕੌਰ ਜੀ ਅਤੇ ਪ੍ਰਭਜੋਤ ਕੌਰ ਜੀ ਸਕੋਰਰ ਨੇ ਸਾਡੇ ਅਸਿਸਟੈਂਟ ਸਕੋਰਰ ਬਹੁਤ ਰਿਸਪੈਕਟ ਅਖੀਰਲੇ 5 ਮਿੰਟ ਰਹਿ ਗਏ ਮੁੰਡੇ ਹੁਣ ਹੁਣ ਆਰ ਪਾਰ ਦੀ ਗੱਲ ਹੋਣੀ ਹੈ ਕਿਉਂਕਿ ਪੁਆਇੰਟਾਂ ਦਾ ਫਰਕ ਜਿਹੜਾ ਲਗਭਗ ਹੈਗਾ ਹੈ ਤੇ ਇਹ ਖੇਡ ਇੱਦਾਂ ਦੀ ਇਹਦੇ ਚ ਕੁਝ ਵੀ ਹੋ ਸਕਦਾ ਇੱਕੋ ਰੇਟ ਤੇ ਵੀ ਫੈਸਲੇ ਬਦਲ ਸਕਦੇ ਨੇ ਵਾਓ ਵਾਹ ਤਾੜੀ ਮਾਰ ਦੋ ਜ਼ੋਰਦਾਰ ਅੰਮ੍ਰਿਤਸਰ ਅਵੈਂਜਰਸ ਦੇ ਵਾਸਤੇ ਸਰਦਾਰ ਹਰਪ੍ਰੀਤ ਸਿੰਘ ਜੀ ਕੋਚ ਇੰਡੀਆ ਕਬੱਡੀ ਟੀਮ ਦੀ ਸਪੌਂਸਰ ਕੀਤੀ ਟੀਮ ਦੇ ਵਾਸਤੇ ਸਰਦਾਰ ਰਣਜੀਤ ਸਿੰਘ ਜੀ ਦੇ ਚੰਗੇ ਹੋਏ ਪਲੇਅਰਾਂ ਦੇ ਵਾਸਤੇ ਉਧਰ ਬਰਨਾਲਾ ਪੁਲਿਸ ਹੈ ਜਿਹੜੀ ਕਿ ਸਾਡੇ ਬੀਲੇ ਤੋਂ ਚੱਲ ਕੇ ਆਏ ਨੇ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਉਹਨਾਂ ਦੀ ਸਪੌਂਸਰ ਕੀਤੀ ਟੀਮ ਖੇਡਦੀ ਹੈ ਇਹਨਾਂ ਦੇ ਪਿੰਡ ਵੀ ਰੌਣਕਾਂ ਲੱਗਣੀਆਂ ਨੇ ਭਦੌੜ ਦੀਆਂ ਗੱਲਾਂ ਹੋਣਗੀਆਂ ਭਦੌੜ ਬਿਲਕੁਲ ਨੇੜੇ ਕਰਕੇ ਪੈਂਦਾ ਇਹਨਾਂ ਦੇ 21 ਤਰੀਕ ਦਾ ਦਿਨ ਹੋਣਾ ਹੈ ਤੇ ਗੱਲਾਂ ਹੋਣਗੀਆਂ ਲਓ ਸਾਹਮਣੇ ਪਾਈ ਹੋਈ ਕਬੱਡੀ ਦੋਨੋਂ ਪ੍ਰਕਿਟ ਦੇ ਵਿੱਚ ਹੈ ਸੋਹਣੀ ਖੇਡ ਹੈ ਅੰਮ੍ਰਿਤਸਰ ਅਵੈਂਜਰਸ ਵਾਲਿਆਂ ਨੇ ਇੱਕ ਵੱਖਰਾ ਮੀਲ ਪੱਥਰ ਰੱਖ ਦਿੱਤਾ ਅੱਜ ਤੇ ਗੱਲਾਂ ਵੱਡੇ ਪੱਧਰ ਦੀਆਂ ਕਰਵਾ ਦਿੱਤੀਆਂ ਸਾਹਮਣੇ ਪਾਈ ਹੋਈ ਕਬੱਡੀ ਹੈ 4 ਨੰਬਰ ਕਿੱਟ ਹੈ ਬਰਨਾਲਾ ਪੁਲਿਸ ਦਾ ਚੁਬਰ ਹੈ ਤੇ ਸਾਹਮਣੇ ਖੜੇ ਨੇ ਮੁੰਡੇ ਕਹਿੰਦੇ ਅੰਮ੍ਰਿਤਸਰ ਅਵੈਂਜਰਸ ਦੀ ਟੀਮ ਇਹਨਾਂ ਦਾ ਨਾਮ ਅਵੈਂਜਰਸ ਹੈ ਵੈਸੇ ਜੀ ਜੀ ਲਿਖਣਾ ਸੀਗਾ ਪਰ ਭਰਾ ਮੇਰੇ ਨੇ ਕਿਸੇ ਨੇ ਕਾਹਲੀ ਦੇ ਨਾਲ ਜੀ ਲਿਖਤਾ ਹੈ ਅਵੈਂਜਰਸ ਦਾ ਮਤਲਬ ਹੁੰਦਾ ਬਦਲਾ ਲੈਣਾ ਤੇ ਮੁੰਡੇ ਬਦਲਾ ਹੀ ਲੈ ਰਹੇ ਗਿਣ ਗਿਣ ਕੇ ਯੂਨੀਵਰਸਿਟੀ ਦੇ ਵਿੱਚ ਵੀ ਕਹਿੰਦੇ ਵੱਡੇ ਚਰਚੇ ਕਰਵਾਏ ਆ ਅੰਮ੍ਰਿਤਸਰ ਦੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਮੁੰਡਿਆਂ ਨੇ ਉਧਰ ਜ਼ਿਲ੍ਹੇ ਤਰਨਤਾਰਨ ਦੀ ਗੱਲ ਹੁੰਦੀ ਹੈ ਤੇ ਸਰਦਾਰ ਗੁਰਜੀਤ ਸਿੰਘ ਜੀ ਦਾ ਨਾਮ ਆਪਣੇ ਆਪ ਸੁਨਹਿਰੀ ਅੱਖਰਾਂ ਦੇ ਵਿੱਚ ਸਾਹਮਣੇ ਆ ਜਾਂਦਾ ਸਾਡੇ ਸਤਿਕਾਰਤ ਨੇ ਉਧਰ ਰਾਮਗਿਲ ਜੀ ਗੁਰਵਾਲੀ ਸਾਹਿਬ ਗੁਰਪ੍ਰੀਤ ਸਿੰਘ ਜੀ ਭੋਜੀਆ ਸਰਦਾਰ ਤਲਵਿੰਦਰ ਸਿੰਘ ਜੀ ਅਫੀਸ਼ੀਅਲ ਨੇ ਸਾਡੇ ਉਧਰ ਪ੍ਰਭਜੋਤ ਕੌਰ ਜੀ ਅਤੇ ਰਵਿੰਦਰ ਕੌਰ ਜੀ ਸਾਡੇ ਅਸਿਸਟੈਂਟ ਸਕੋਰਰ ਨੇ ਸਰਦਾਰ ਸਵਰਨ ਸਿੰਘ ਜੀ ਵੱਡੀਆਂ ਸੇਵਾਵਾਂ ਦੇ ਰਹੇ ਵੱਡਾ ਧੰਨਵਾਦ ਰਵਿੰਦਰ ਕੁਮਾਰ ਜੀ ਬਹੁਤ ਵੱਡੀਆਂ ਸੇਵਾਵਾਂ ਨੇ ਸਵੇਰ ਦੀਆਂ ਸਾਡੇ ਸਤਿਕਾਰਤ ਹਸਤੀਆਂ ਨੇ ਵਾਹਿਗੁਰੂ ਬਲ ਬਖਸ਼ੇ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਔਰ ਸਾਹਮਣੇ 9 ਨੰਬਰ ਕਿੱਟ ਨਾਮ ਰਾਜਵੀਰ ਹੈ ਮੁੰਡਾ ਰਾਜ ਕਰ ਰਿਹਾ ਸਵੇਰ ਦਾ ਲਗਾਤਾਰ ਅਖੀਰਲੇ 3 ਮਿੰਟ ਹੈ ਮੁੰਡੇ ਜੇ ਮੈਂ ਘੱਟ ਭਾਸ਼ਾ ਹੀ ਦੱਸਾਂ 180 ਸੈਕਿੰਡ ਰਹਿ ਗਏ ਹੈ ਤੇ ਲਗਾਤਾਰ ਘਟਦੇ ਜਾਂਦੇ ਤੇ ਬਾਕੀ ਤੁਸੀਂ ਹਿਸਾਬ ਲਾ ਲਿਓ 180 ਸੈਕਿੰਡ ਨੇ ਤੇ ਸਮਾਂ ਬੀਤਦਾ ਹੋਇਆ ਹੈ ਟੂ ਐਂਡ ਡਾਈ ਛੋਟੇ ਜਿਹੇ ਅੱਖਰ ਨੇ ਤੇ ਮਤਲਬ ਬਦਲ ਜਾਂਦੇ ਨੇ ਟੂ ਐਂਡ ਡਾਈ ਤੇ ਸਾਹਮਣੇ ਇਹ 2 ਨੰਬਰ ਕਿੱਟ ਹੈ ਇੱਕ ਪਾਸੇ ਬਰਨਾਲਾ ਪੁਲਿਸ ਹੈ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੀ ਸ਼ਿੰਗਾਰੀ ਹੋਈ ਟੀਮ ਹੈ ਤੇ ਇੱਕ ਪਾਸੇ ਸਰਦਾਰ ਹਰਪ੍ਰੀਤ ਸਿੰਘ ਜੀ ਕੋਚ ਇੰਡੀਆ ਕਬੱਡੀ ਟੀਮ ਦੀ ਸ਼ਿੰਗਾਰੀ ਹੋਈ ਟੀਮ ਦੀਆਂ ਗੱਲਾਂ ਹੋਣਗੀਆਂ ਲਓ ਵਾਹ ਮੁੰਡੇ ਤੇ ਆਓ ਕਿੱਥੇ ਆ ਕੇ ਕਰਮ ਵਾਲੇ ਦਿੱਤੀ ਹਾਰ ਵੇ ਘੜਿਆ ਤੂੰ ਮੈਨੂੰ ਲਗਾ ਦੇ ਪਾਰ ਰਹੇ 4-5 ਇੰਚ ਦੀ ਗੱਲ ਰਹਿ ਗਈ ਸੀਗੀ ਪੁਆਇੰਟ ਮੁੰਡੇ ਦੇ ਖਾਤੇ ਜ਼ਰੂਰ ਜੁੜਦੇ ਪਰ ਫੈਸਲੇ ਜਿਹੜੇ ਹੈ ਸਮਾਂ ਬੀਤਦਾ ਹੋਇਆ ਹੈ ਟੂ ਐਂਡ ਢਾਈ ਰੇਡ ਬਰਨਾਲਾ ਪੁਲਿਸ ਵਾਲੇ ਨੇ ਅਖੀਰਲੇ 2 ਮਿੰਟ ਰਹਿ ਗਏ ਸਾਡੇ ਤਰਵਿੰਦਰ ਸਿੰਘ ਜੀ ਜਾਣਕਾਰੀ ਚ ਵਾਧਾ ਕਰਦੇ ਨੇ ਅਖੀਰਲੇ 2 ਮਿੰਟ ਰਹਿ ਗਏ 120 ਸੈਕਿੰਡਾਂ ਦੀ ਗੱਲ ਹੋਣੀ ਹੈ ਰਾਜਵੀਰ ਸਿੰਘ ਇੱਕ ਪਾਸੇ ਆਏ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਕਿ ਕੋਚ ਨੇ ਕਬੱਡੀ ਇੰਡੀਆ ਟੀਮ ਦੇ ਉਹਨਾਂ ਦੀ ਸਪੌਂਸਰ ਕੀਤੀ ਟੀਮ ਖੇਡਦੀ ਹੈ ਉਧਰ ਪਰਮਜੀਤ ਸਿੰਘ ਜੀ ਡਾਲਾ ਸਾਹਿਬ ਅਚੇਚੇ ਤੌਰ ਤੇ ਪੁੱਜੇ ਨੇ ਅੱਜ ਦੇ ਮੇਲੇ ਦੇ ਵਾਸਤੇ ਬਹੁਤ ਸਤਿਕਾਰ ਹੈ ਤੇਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਨਾਲ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਵੱਡੀਆਂ ਹਾਜ਼ਰੀਆਂ ਨੇ ਸਵੇਰ ਤੋਂ ਬੈਠੇ ਨੇ ਬੜਾ ਧੰਨਵਾਦ ਹੈ ਕਿਉਂਕਿ ਉਹ ਹਸਤੀਆਂ ਨੇ ਜਿਨ੍ਹਾਂ ਦੇ ਕੋਲੇ ਟਾਈਮ ਗਿਣਿਆ ਚੁਣਿਆ ਹੁੰਦਾ ਕਿਉਂਕਿ ਸ਼ਡਿਊਲ ਬਿਜੀ ਹੈ ਇਹਨਾਂ ਦਾ ਪਰ ਫਿਰ ਵੀ ਅਚੇਚੇ ਤੌਰ ਤੇ ਸਮਾਂ ਕੱਢਿਆ ਬੜਾ ਧੰਨਵਾਦ ਹੈ ਸਾਡੇ ਸਾਰੇ ਜਿੰਨੇ ਵੀ ਸਤਿਕਾਰਤ ਵੀਰ ਨੇ ਲਓ ਆਹ ਮੁੰਡਾ ਲਵਪ੍ਰੀਤ ਹੈ ਟਾਈਮ ਆਊਟ ਲਿਆ ਬਰਨਾਲਾ ਪੁਲਿਸ ਦੀ ਟੀਮ ਨੇ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਬੀਲਾ ਸਾਹਿਬ ਦੀ ਟੀਮ ਨੇ
ਅਗਲੀਆਂ ਟੀਮਾਂ ਪਠਾਨਕੋਟ ਪੈਂਥਰਸ ਦੇ ਨਾਲ ਟੀਮ ਆ ਜਾਏਗੀ ਮੁਕਤਸਰ ਸਾਹਿਬ ਦੀ ਗੱਲ 30 ਪੁਆਇੰਟ ਅੰਮ੍ਰਿਤਸਰ ਦੀ ਟੀਮ ਦੇ ਨੇ ਸਰਦਾਰ ਰਣਜੀਤ ਸਿੰਘ ਕੋਹ ਸਾਹਿਬ ਦੀ ਟੀਮ ਦੇ ਨੇ ਤੇ 26 ਪੁਆਇੰਟ ਬਰਨਾਲਾ ਪੁਲਿਸ ਦੇ ਨੇ 26-30 ਕੁਝ ਵੀ ਹੋ ਸਕਦਾ ਜੇ ਤਾਂ ਯਾਰ ਮੈਦਾਨ ਦੇ ਵਿੱਚ ਨੇ ਹਾਲੇ ਬੋਲ ਜਮਾਨ ਦੇ ਵਿੱਚ ਨੇ ਤੀਰ ਕਮਾਨ ਦੇ ਵਿੱਚ ਰਾਜਵੀਰ ਲਾਸਟ ਮਿੰਟ ਹੈ ਅਖੀਰਲਾ ਮਿੰਟ ਹੈ 60 ਸੈਕਿੰਡਾਂ ਦੀ ਗੱਲ ਹੋਵੇਗੀ ਹੁਣ ਰਾਜਵੀਰ ਹੁਣ ਵੇਖਾਂਗੇ ਰਾਜ ਸਥਾਪਿਤ ਕਰ ਪਾਉਂਦੇ ਕਿ ਨਹੀਂ ਪਠਾਨਕੋਟ ਪੈਂਥਰਸ ਦੇ ਨਾਲ ਮੁਕਤਸਰ ਸਾਹਿਬ ਦੀ ਟੀਮ ਬਿਨਾਂ ਕਿਸੇ ਦੇਰੀ ਦੇ ਆ ਜਾਵੇਗੀ ਪਠਾਨਕੋਟ ਅਤੇ ਮੁਕਤਸਰ ਸਾਹਿਬ ਦੀ ਟੀਮ ਬਾਹੋ ਰਾਜਵੀਰ ਬਹੁਤ ਵਧੀਆ ਖੇਡ ਖੇਡੀ ਅਤੇ ਪੁਆਇੰਟ 'ਚ ਵਾਧਾ ਕਰ ਦਿੱਤਾ ਮੁੰਡੇ ਨੇ ਤੇ ਬਾਹਰ ਵੀ ਉਹਨੂੰ ਕੀਤਾ ਜਿਹੜਾ ਕੁਝ ਵੀ ਕਰ ਸਕਦਾ ਜਿਹੜਾ ਮੈਚ ਦਾ ਪਾਸਾ ਪਲਟ ਸਕਦਾ ਸੀ ਲਵਪ੍ਰੀਤ ਸਿੰਘ 12 ਨੰਬਰ ਕਿੱਟ ਹੈ ਮੁੰਡਿਓ ਵਾਹ ਤਾੜੀ ਮਾਰਦੇ ਜ਼ੋਰਦਾਰ ਅੰਮ੍ਰਿਤਸਰ ਰੇਂਜਰਸ ਦੇ ਵਾਸਤੇ ਬਹੁਤ ਸੋਹਣੀ ਖੇਡ ਖੇਡੀ ਆ ਮੁੰਡਿਆਂ ਨੇ ਅੱਜ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਸਰਦਾਰ ਰਣਜੀਤ ਸਿੰਘ ਜੀ ਕੋਚ ਸਾਹਿਬ ਦਾ ਤੇ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਸਾਡੇ ਹਰਪ੍ਰੀਤ ਸਿੰਘ ਜੀ ਦਾ ਸਾਡੇ ਲਵ ਭੰਗੂ ਜਿਵੇਂ ਪੁੱਜੇ ਨੇ ਅਸਿਸਟੈਂਟ ਕੋਚ ਨੇ ਸਰਦਾਰ ਰਣਜੀਤ ਸਿੰਘ ਤਾੜੀ ਮਾਰ ਦੋ ਜ਼ੋਰਦਾਰ ਅੰਮ੍ਰਿਤਸਰ ਰੇਂਜਰਸ ਦੇ ਵਾਸਤੇ ਮੁੰਡਿਆਂ ਨੇ ਵੱਖਰਾ ਜੋਸ਼ ਭਰ ਦਿੱਤਾ ਹੈ ਬਰਨਾਲਾ ਪੁੱਜ ਨੂੰ ਹਰਾਇਆ ਜਿੰਨਾ ਪਹਿਲਾਂ ਮੈਚ ਜਿੱਤਿਆ ਸੀਗਾ ਸਰਦਾਰ ਰਣਜੀਤ ਸਿੰਘ ਜੀ ਮੁਬਾਰਕਬਾਦ ਆਏ ਲਵ ਭੰਗੂ ਸਾਹਿਬ